ਇਹਕ ਇਹਨਾਂ ਤੋਂ ਤੁਹਾਨੂੰ ਪੈਸੇ ਲੱਭ ਜਾਂਦੇ ਨੇ ਡੇਲੀ ਬੇਸ ਤੇ ਦੁੱਧ ਵੇਚ ਕੇ ਜਨਾਬ ਡੇਲੀ ਬੇਸ ਦੇ ਉਤੇ ਇੱਕ ਇਹ ਜਿਹੜੀ ਮਾਜੇ ਇਹ 15 ਕਿਲੋ ਦੁੱਧ ਦਿੰਦੀ ਏ ਨਾਲ ਦੀ 4 6 6-7 ਕਿਲੋ ਦੁੱਧ ਦੇ ਛੱਡਦੀ ਏ ਤੇ ਡੇਲੀ ਬੇਸ ਤੇ ਅਸੀਂ 12 ਕਿਲੋ ਦੁੱਧ ਵੇਚਨੇ ਆ ਤੇ ਨਾਲ ਮੈਂ ਪੜਨਾ ਵੀ ਆ ਤੇ ਇਹ ਮੁਨਾਫਾ ਸਾਨੂੰ ਕੰਮ ਤੋਂ ਕੰਮ ਹੋ ਜਾਂਦਾ ਖਰਚਾ ਕੱਢ ਕੇ ਕੋਈ 5000 ਰੁਪਏ 5000 ਮਹੀਨੇ ਦਾ ਬਚ ਜਾਂਦਾ ਅਸਲਾਮੁਅਲੈਕਮ ਵਾਲੇਕਮ ਸਲਾਮ ਜ਼ਮਮ ਕੀ ਹਾਲ ਹੈ ਵੀ ਤੇਰਾ ਅਲhamdulillah ਐ ਦੱਸ ਵੀ ਨੌਜਵਾਨ ਕਿ ਪਿੰਡ ਕਿੜਾ ਪਿੰਡ ਜੇ ਜਨਾਬ ਕਮੀ ਕਮੀ ਤੇ ਕੀ ਪੜਨਾ ਹੁੰਨਾ ਮੈਂ ਜੀ ਜਨਾਬ ਮੈਂ ਸੈਕੰਡ ਇਅਰ ਚ ਪੜਦਾ ਜੇ ਠੀਕ ਹੈ ਇਹ ਨਾਲ ਮੈਂ ਮੱਜਾਂ ਰੱਖੀਆਂ ਨੇ ਚਾਰਕ ਠੀਕ ਹੈ ਤੇ ਕਿੱਥੋਂ ਸ਼ੌਕ ਆਇਆ ਕਿ ਪੜ੍ਹਾਈ ਦੇ ਨਾਲ-ਨਾਲ ਕਮਾਈ ਦਾ ਵੀ ਸ਼ੌਕ ਕਿੱਥੋਂ ਆਇਆ ਇਹ ਸ਼ੌਕ ਆਇਆ ਜਨਾਬ ਮੈਂ ਨਾਲ ਪੜ੍ਹਾਈ ਮੈਨੂੰ ਸ਼ੌਕ ਹੀ ਮਤਲਬ ਦਿਲਚਸਪੀ ਸ਼ੌਕ ਹੀ ਕਿ ਮੈਂ ਮੱਜਾਂ ਰੱਖਾਂ ਸਾਡੇ ਪਿੰਡ ਵੀ ਮੱਜਾਂ ਰੱਖੀਆਂ ਨੇ ਮੈਨੂੰ ਸ਼ੌਕ ਹੀ ਕਿ ਮੈਂ ਮੱਜਾਂ ਚ ਮੁਨਾਫਾ ਲਾਂ ਇਹ ਅਮਦੇ ਵਾਲੀ ਆਉਣ ਵਾਲੀ ਨਸਲ ਨੂੰ ਨੌਜਵਾਨ ਨੂੰ ਦੱਸਾਂ ਕਿ ਮੈਂ ਨਾਲ ਪੜ੍ਹਨਾ ਵੀ ਆ ਤੇ ਨਾਲ ਘਰ ਵਾਲਿਆਂ ਨੂੰ ਸਪੋਰਟ ਕਰਨਾ ਵਾਂ ਪਿਆ ਤੇ ਜਗ੍ਹਾ ਆਪਣੀ ਤੁਹਾਡੀ ਪਟੇ ਛਟਿਆਂ ਲਈ ਜੀ ਆਪਣੀ ਜਗ੍ਹਾ 20 ਗਾਹ ਇੱਕ ਪੱਟੇ ਵੀਜੇ ਨੇ ਠੀਕ ਹੋ ਗਿਆ ਦੋ ਪੂਰੇ ਹੋ ਜਾਂਦੇ ਨੇ ਬਿਲਕੁਲ ਪੂਰੇ ਹੋ ਜਾਂਦੇ ਨੇ ਨਾਲ ਕੁ ਤਿੰਨ ਤੋਂ ਚਾਰ ਟਰਾਲੀਆਂ ਟੂੜੀ ਦੀਆਂ ਵੀ ਸਟਾਈਆਂ ਆਣੇ ਹਾਂ ਅੱਛਾ ਇਹ ਕੁ ਟੂੜੀ ਉਹਦਾ ਕੀ ਹੈ ਅੱਜ ਕੱਲ ਮੁੱਲ ਯਾਨੀ ਕਿੰਨੇ ਦੀ ਮੰਨ ਲੱਭਦੀ ਹੈ ਵੀ ਮੰਨ ਜਨਾਬ ਹੈ ਅੱਜ ਤੋਂ ਪਿਛੋਂ ਚਾਰ ਤੋਂ ਪੰਜ ਮਹੀਨੇ ਪੁੱਛੇ ਸੀ ਤੇ ਇਹ ਲੱਭੀ ਗੱਠ ਜਿਹੜੀ ਲੱਭਦੀ ਉਹ 500 ਤੋਂ ਲੱਭਦੀ ਹੈ ਭਾਈ ਜਿਹੜੀ ਮੰਨੇ ਉਹ 700 ਰੁਪਏ ਤੋਂ ਲੱਭਦੀ ਹੈ ਠੀਕ ਹੈ ਤੇ ਜਿਹੜੇ ਉਹ ਰੈਡੀमेड ਹੁੰਦੀ ਹੈ ਉਹ ਗੱਠ ਉਹ ਬਣੀ ਬਣاتی ਉਹ ਕਹਿੰਦੇ ਨੇ ਉਹਦੇ ਵਿੱਚ ਗੰਦਗੁੰਦ ਵੀ ਹੁੰਦਾ ਕੋਈ ਹੈ ਜੀ ਉਹਦੇ ਵਿੱਚ ਗੰਦ ਹੁੰਦਾ ਤੋੜ ਹੁੰਦੀ ਹੈ ਨਿਰੀਲੇ ਕਿਉਂਕਿ ਉਹ ਮੱਝ ਦੀ ਤਬੀਅਤ ਲਈ ਨਹੀਂ ਅੱਛੀ ਹੁੰਦੀ ਕਿਉਂਕਿ ਜਿਹੜੀ ਆਪਣੀ ਪੈਲੀ ਦੀ ਤੂੜੀ ਜਾਂ ਰੈਪਰ ਨਾਲ ਵੜਾਈ ਦੀ ਉਹ ਮਸ਼ੀਨਾਂ ਨਾਲ ਬਣਵਾਈਦੀ ਹੈ ਉਹ ਡੰਗੜਾ ਲਈ ਮਜ਼ੀਦ ਬਿਹਤਰ ਹੈ ਸਹੀ ਹੋ ਗਿਆ ਠੀਕ ਹੈ ਇਹ ਤੂੜੀ ਦਾ ਕੋਈ ਸਾਈਜ਼ ਸਾਨੂੰ ਵੱਡਾ ਲੱਗਦਾ ਪਿਆ ਕੀ وجہ ਇਹ ਇਸ ਲਈ ਸਾਈਜ਼ ਵੱਡਾ ਹੈ ਕਿ ਇੱਕ ਵਾਰੀ ਕਨਕ ਵੱਢ ਕੇ ਹੂੰ ਇੱਕ ਵਾਰ ਕਨਕ ਵੱਢ ਕੇ ਬਾਦ ਵਿੱਚ ਵੀ ਇਹਦੇ ਤੇ ਮਸ਼ੀਨ ਫਿਰੀ ਸੀ ਤੇ ਉਹ ਮਸ਼ੀਨ ਜਰਾ ਨਾ ਇੱਕ ਹੁੰਦੀ ਹੈ ਦੂਸਰੀ ਮਸ਼ੀਨ ਜਿਹੜੀ ਹੱਥ ਨਾਲ ਵੱਢ ਕੇ ਪਾਈਦੀ ਏ ਤੇ ਇਹ ਦੂਸਰੀ ਮਸ਼ੀਨ ਨਾ ਟੁੜੀ ਬਣੀ ਹੈ ਲੇਕਿਨ ਇਹ ਆਹ ਮੁੱਲ ਲਈਏ ਟੁੜੀ ਮਸ਼ੀਨ ਨਾ ਬੰਦੀ ਸੀ ਪਿੱਛੇ ਉੱਥੋਂ ਟਰਾਲੀਆਂ ਮੁੱਲ ਲਈਆਂ ਹਨ ਸਹੀ ਹੈ ਇਸ ਲਈ ਦਾ ਸਾਈਜ਼ ਵੱਡਾ ਹੈ ਤੇ ਇਹ ਮੱਝਾਂ ਖਾ ਲੈਂਦੀ ਇਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਇਹਦਾ ਨਹੀਂ ਕੋਈ ਨੁਕਸਾਨ ਨਹੀਂ ਸਰ ਮੱਝਾਂ ਖਾ ਲੈਂਦੀ ਹੈ ਠੀਕ ਹੋ ਗਿਆ ਅੱਛਾ ਇਹ ਦੱਸੋ ਕਿ ਜਿਹੜੇ ਲੋਕ ਹੈ ਕਾਰੋਬਾਰ ਕਰਨਾ ਚਾਹੁੰਦੇ ਨੇ ਨਾਲੋਂ ਹੋਰ ਵੀ ਕੰਮ ਕਰਨਾ ਚਾਹੁੰਦੇ ਨੇ ਅਸੀਂ ਇਹ ਸੁਣਿਆ ਕਿ ਇਹ ਫੁੱਲ ਟਾਈਮ ਕੰਮ ਹੈ ਤੁਹਾਡਾ ਕੀ ਖਿਆਲ ਹੈ ਕਿ ਸਵੇਰ ਸਵੇਰ ਉੱਠਣਾ ਪੈਂਦਾ ਹੈ ਉਹਦੇ ਬਾਅਦ ਡੰਗਰਾਂ ਨੂੰ ਪਾੜਾ ਕਰਨਾ ਪੈਂਦਾ ਹੈ ਪੱਠੇ ਪਾਣੇ ਪੈਂਦੇ ਨੇ ਫਿਰ ਉਹਦੇ ਬਾਅਦ ਇਹਨਾਂ ਦਾ ਗੰਦ-ਚੰਦ ਵੀ ਜ਼ਾਹਰ ਹੈ ਸਾਈਡ ਤੇ ਕਰਨਾ ਪੈਂਦਾ ਹੈ ਉਹਦੇ ਬਾਅਦ ਸ਼ਾਮ ਨੂੰ ਪਿਛਲੇ ਟਾਈਮ ਤਾਰਾਂ ਹਰ ਚੀਜ਼ ਕਿਸ ਤਰ੍ਹਾਂ ਮੈਨੇਜ ਕੀਤਾ ਰਹੇ ਸਰ ਇਹੋ ਇਸ ਤਰ੍ਹਾਂ ਮੈਨੇਜ ਕਰ ਸਕਦੇ ਆ ਕਿ ਜੇ ਨਾਲ ਕੋਈ ਹੋਰ ਕੰਮ ਵੀ ਕਰਨਾ ਚਾਹੀਦਾ ਜੇ ਜ਼ਾਹਰੀ ਗੱਲ ਕੰਮ ਹੀ ਆ ਕਰਨਾ ਤੇ ਜ਼ਿਆਦਾ ਮੱਝਾ ਰੱਖ ਲੋ ਤੇ ਜੇ ਹੋਰ ਵੀ ਨਾਲ ਕੰਮ ਕਰਨਾ ਤਿੰਨ ਤੋਂ ਚਾਰ ਮੱਝਾ ਰੱਖ ਲੋ ਤੇ ਉਹਦੇ ਲਈ ਫਾਇਦਾ ਸਵੇਰ ਉੱਠੋ ਨਮਾਜ਼ ਟਾਈਮ ਉੱਠੋ ਨਮਾਜ਼ ਪੜ੍ਹ ਕੇ ਇਹਨਾਂ ਦੇ ਅੱਗੇ ਪੱਠੇ ਪਾਓ ਪੱਠੇ ਪਾ ਖਾ ਲੈਂਦੀਆਂ ਨੇ ਤੇ ਫਿਰ ਉਹਨਾਂ ਦੇ ਅੱਗੇ ਤਾਰ ਤਾਰਾ ਕੱਢ ਲੋ ਜੇ ਦੁੱਧ ਸ਼ੁੱਧ ਵੇਚਣਾ ਦੁੱਧ ਸ਼ੁੱਧ ਵੇਚ ਕੇ ਫਿਰ ਜੇ ਕੋ ਡਹਿ ਗਿਆ ਉਹਦੇ ਤੇ ਚੋਖੜੀਆਂ ਕਰਾ ਸ਼ਰਾ ਜੋਕਸ਼ ਵੀ ਪਾਣਾ ਖਲ-ਖਲ ਪਾ ਕੇ ਉਹਨਾਂ ਨੂੰ ਸਾਈਡ ਤੇ ਬੰਨ ਦਿੱਤਾ ਜਾਏ ਤੇ ਜੇ ਇਹ ਸਾ ਭਾਈ ਇਹਨਾਂ ਦੇ ਕਰਕੇ ਬਾਅਦ ਵਿੱਚ ਇਹਨਾਂ ਪਿੱਛੇ ਧੂਪੇ ਬੰਨ ਛੜਨਾ ਚਾਹੀਦਾ। ਧੂਪੇ ਬੰਨ ਕੇ ਫੇਸ ਪਿਛਲੇ ਟਾਈਮ ਪੱਠੇ ਪਾੜੋ ਪੱਠੇ ਪਾ ਕੇ ਖਾਲਸਾ ਲੱਗੇ ਪਾੜੋ ਪਾ ਕੇ ਫਿਰ ਤਾਰਾ ਸ਼ਾਰਾ ਕੱਢ ਕੇ ਤੇ ਫਿਰ ਜੋ ਕੋਈ ਇਹਨਾਂ ਨੂੰ ਹੈ ਕੋਈ ਤੇਲ ਛੇਲ ਜਾਂ ਬਜ਼ੈਰ ਬਾਦੀ ਸ਼ਾਦੀ ਹੋਈ ਤੇ ਇਹਨਾਂ ਦਾ ਖਿਆਲ ਸ਼ਾਰ ਰੱਖ ਸਕਦੇ ਤੁਸੀਂ। ਤੇ ਜਦ ਤੁਸੀਂ ਸਕੂਲ ਟੌਰ ਜਾਂਦੇ ਹੋ ਜਾਂ ਕਾਲੇ ਟੌਰ ਜਾਂਦੇ ਹੋ ਤੇ ਪਿੱਛੋਂ ਫਿਰ ਕੌਣ ਸਾਭਦਾ ਇਹਨਾਂ ਨੂੰ? ਪਿੱਛੋਂ ਸਾਰੇ ਕੋਈ ਇੱਕ ਆਸ ਦੀ ਭਾਈ ਨੇ ਵੱਡੇ ਉਹ ਇੱਕ ਦੀ ਵਾਰੀ ਚੱਕਰ ਲਾਈ ਜਾਂਦੇ ਨੇ। ਤੇ ਕਾਲੇ ਟਾਈਮ ਨੂੰ ਚਾਹਨ ਮੈਂ ਆ ਜਾਂਦਾ ਨਾ ਪਿੱਛੇ ਬਣ ਜਾਂਦਾ ਸਵੇਰ ਸਵੇਰ ਤੇ ਹੋਰ ਅੱਲਾ ਦੇ ਮਾਸ਼ਾਅੱਲਾ ਪਠੇ ਛੱਠੇ ਵੱਢ ਕੇ ਅੱਗੇ ਉਗੇ ਪਾਈ ਜੀ ਨੇ ਆ ਕੇ ਪਾ ਪੂ ਛੜੀ ਦੇ ਨੇ ਤੇ ਸਵੇਰ ਪਿੱਛੇ ਬਣ ਜਾਈਦੀਆਂ ਤੇ ਬਾਰ ਬੂਰ ਤੇ ਨਹੀਂ ਖੋਲਦੇ ਇਹਨਾਂ ਨੂੰ ਨਹੀਂ ਬਾਰ ਬੂਰ ਨਹੀਂ ਖੋਲੀ ਦੀਆਂ ਸਾਰੇ ਐ ਕਨਕਾਂਸ਼ਨ ਕਾਂ ਜਾਂ ਮੁੰਜੀਆਂ ਛੁੜੀਆਂ ਜਿਹੜੀ ਵੱਡੀਆਂ ਜਾਂਦੀਆਂ ਨੇ ਉਦੋਂ ਜ਼ਰਾ ਬਾਹਰ ਖੋਲੀ ਦੀਆਂ ਕਿਉਂਕਿ ਫਿਰ ਤੁਰ ਲੈਣ ਇੱਕ ਜਗ੍ਹਾ ਤੇ ਬੱਜੀਆਂ ਰਹਿੰਦੀਆਂ ਨੇ ਇਸੇ ਲਈ ਅੱਛਾ ਹੁਣ ਇਹ ਦੱਸੋ ਕਿ ਅਗਰ ਕੋਈ ਬੰਦਾ ਮੱਝਾਂ ਲੈਣਾ ਚਾਹੁੰਦਾ ਹੈ ਤੇ ਤੁਸੀਂ ਇਹ ਜਿਹੜੀ ਮੱਝ ਲਈਏ ਇਹ ਸਰਜਰੀ ਲਈ ਸੀ ਸੂਈ ਮੱਝ ਲਈ ਸੀ ਜੀ ਇਹ ਪਹਿਲੇ ਸਵੇਰੇ ਲਈ ਹੀ ਆਹਾਂ 2 ਲੱਖ ਦੀ ਤੇ ਤੁਹਾਨੂੰ ਕਿਸ ਤਰ੍ਹਾਂ ਕਨਫਰਮ ਹੋਇਆ ਕਿ ਪਹਿਲਾਂ ਹੀ ਸਵੇਰਾ ਦਾ ਇਹ ਜਿੱਥੋਂ ਲਈ ਹੀ ਇਹ ਉਹਨਾਂ ਦੱਸੇ ਨਾਲੇ ਨਾਲ ਮੇਰੇ ਦਾਦਾ ਗਏ ਹਨ ਬਿਲਕੁਲ ਉਹ ਪਹਿਲਾਂ ਵੀ ਇਹ ਕੰਮ ਕਰਦੇ ਨੇ ਉਹ ਜਾਣਦੇ ਹਨ ਸਭ ਕੁਝ ਤੇ ਇਸ ਲਈ ਆਹਾਂ 2 ਲੱਖ ਦੀ ਮੱਝ ਲਈ ਠੀਕ ਹੈ ਤੁਹਾਨੂੰ ਪਤਾ ਲੱਗ ਗਿਆ ਸੀ ਪਤਾ ਲੱਗ ਗਿਆ ਠੀਕ ਹੋ ਗਿਆ ਅੱਛਾ ਇਹ ਦੱਸੋ ਕਿ ਮੱਝ ਜਿਹੜੀ ਅਗਰ ਕੋਈ ਬੰਦਾ ਲੈਂਦਾ ਹੈ ਹਾਂਜੀ ਉਹ ਝੋਟੀ ਲੈ ਜਾਂ ਛੋਟੇ ਕਟੀਆਂ ਪਾਲੇ ਜਾਂ ਫਿਰ ਉਹ ਖਾਂਗੜੀ ਮੱਝ ਲੈ ਜਾਂ ਉਹ ਸਜਰੀ ਲੈ ਤੁਸੀਂ ਕੀ ਕਹਿੰਦੇ ਹੋ ਮੈਂ ਕਹਿਣਾ ਚਾਹਾਂਗਾ ਕਿ ਜੇ ਕੋਈ ਸਜਰੀ ਮੱਝ ਲੈਂਦਾ ਤੇ ਉਹਦਾ ਜਰਾ ਪਹਿਲਾ ਸਵੇਰਾ ਜਿਹੜਾ ਹੁੰਦਾ ਕਈ ਮੱਝਾਂ ਤੋਂ ਹੁੰਦੀਆਂ ਨੇ ਜ਼ਿਆਦਾ ਦੁੱਧ ਦਿੰਦੀਆਂ ਨੇ ਲੇਕਿਨ ਦੂਸਰੇ ਸਵੇਰ ਜਾ ਕੇ ਦੁੱਧ ਮੇਰੀ ਜਿਹੜੀ ਮੱਝ ਹੈ ਦੂਸਰੇ ਸਵੇਰ ਜਾ ਕੇ ਜਰਾ ਸਹੀ ਦੁੱਧ ਦੇਣ ਦੀ ਹੈ ਤੇ ਮੈਂ ਕਹਿਣਾ ਚਾਹਾਂਗਾ ਜੇ ਕੋਈ ਬੱਚੇ ਲੈ ਕੇ ਜੇ ਕਟੀਆਂ ਜਾਂ ਕੱਟੇ ਲੈ ਕੇ ਕੋਈ ਪਾਲਦਾ ਹੈ ਤੇ ਉਹਦੇ 'ਚ ਜ਼ਿਆਦਾ ਨਾ ਮਿਹਨਤ ਜ਼ਿਆਦਾ ਹੈ ਠੀਕ ਹੈ ਲੇਕਿਨ ਜਦੋਂ ਉਹ ਝੋਟੀਆਂ ਬਣ ਜਾਂਦੀਆਂ ਨੇ ਤੇ ਉਦੋਂ ਜ਼ਰਾ ਮੁਨਾਫਾ ਕੋਈ ਕੱਟਾ ਛਤਾ ਨਾਲ ਰੱਖਿਆ ਰੱਖਣਾ ਚਾਹੀਦਾ ਹੈ ਉਦੋਂ ਉਹਨੂੰ ਮੁਨਾਫਾ ਹੋ ਜਾਂਦਾ ਲੇਕਿਨ ਉਹਦੇ ਤੇ ਮਿਹਨਤ ਬੜੀ ਕਰਨੀ ਪੈਂਦੀ ਸਹੀ ਹੈ ਤੇ ਜਿਹੜੇ ਨੌਜਵਾਨ ਵੇਲੇ ਨੇ ਜਾਂ ਜਿਹੜੇ ਨਹੀਂ ਕੰਮ ਕਰ ਸਕਦੇ ਉਹਨਾਂ ਨੂੰ ਦੱਸੋਗਾ ਕਿ ਕਿੱਡਾ ਕੋਖਾ ਕੰਮ ਹੈ ਸਾਰੇ ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਕੋਈ ਮੁਸ਼ਕਲ ਨਹੀਂ ਮੈਨ ਨਾਲ ਪੜਨਾ ਵੀ ਆ ਪਿਆ ਤੇ ਤੁਸੀਂ ਇਕ ਜਾਂ ਦੋ ਜਾਂ ਤਿੰਨ ਮੱਝਾਂ ਰੱਖ ਸਕਦੇ ਹੋ ਨਾਲ ਜੇ ਆਪਣੀ ਜਗਾ ਹੋਏ ਤੇ ਕੋਈ ਮੁਸ਼ਕਲ ਨਹੀਂ ਇਸ ਕੰਮ ਦੇ ਵਿੱਚ ਕੰਮ ਕਰਕੇ ਮੈਂ ਵੇਲਾ ਹੁੰਿਆ ਨਾ ਮੈਨੂੰ ਫਾਰਕ ਟਾਈਮ ਕੋਈ 2 ਘੰਟੇ 1 ਘੰਟਾ ਲੱਭ ਜਾਂਦਾ ਮੈਂ ਨਾਲ ਪੜਨਾ ਵੀ ਤੇ ਕੋਈ ਮੁਸ਼ਕਲ ਨਹੀਂ ਮੈਂ ਇਹ ਨੌਜਵਾਨ نسل ਨੂੰ ਕਹਿਣਾ ਚਾਹਾਂਗਾ ਕਿ ਅੱਗੇ ਉਹ ਦੋ ਮਜ਼ੀਦ ਕੰਮ ਕਰ ਸਕਦੇ ਹੋ ਤੁਸੀਂ ਹੜ੍ਹਾ ਰਮੀ ਨਹੀਂ ਹੋਣੀ ਚਾਹੀਦੀ ਠੀਕ ਹੈ ਯਾਨੀ ਜੋ ਤੁਸੀਂ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ ਤੇ ਇਹ ਜਿਹੜਾ ਤੁਸੀਂ ਦੱਸਿਆ ਕਿ ਮੈਂ ਪੜ੍ਹਨਾ ਮੈਂ ਤੇ ਪੜ੍ਹਾਈ ਦਾ ਟਾਈਮ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਪੜ੍ਹਾਈ ਦਾ ਟਾਈਮ ਮੈਂ ਸਰ ਸ਼ਾਮ ਨੂੰ ਮੈਨੇਜ ਕਰਨਾ ਵਾ ਇਹ 8 ਵਜੇ ਤੋਂ 10 ਵਜੇ ਤੱਕ ਸਰ ਉਸ ਟਾਈਮ ਮੈਂ ਪੜ੍ਹਾਈ ਦਾ ਟਾਈਮ ਮੈਨੇਜਮੈਂਟ ਕਰਦਾ ਠੀਕ ਹੋ ਗਿਆ ਅੱਛਾ ਇਹ ਦੱਸੋ ਕਿ ਜਿਹੜੇ ਲੋਕ ਪ੍ਰਾਪਰ ਇਸ ਕਾਰੋਬਾਰ ਨੂੰ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਕਿੰਨੀਆਂ ਕਮਜਾ ਹੋਣੀ ਚਾਹੀਦੀਆਂ ਜਿਹੜੇ ਲੋਕ ਪ੍ਰਾਪਰ ਕਾਰੋਬਾਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੰਮ ਪੈਸੇ ਜੀ ਮਤਲਬ ਜ਼ਿਆਦਾ ਪੈਸੇ ਲਈ ਸਰ ਕੁਝ ਦਸਾਂ ਜਾਂ 15 ਮੱਜਾਂ ਤੋਂ ਸ਼ੁਰੂ ਹੋ ਜਾਂਦੇ ਆ ਆਸਤਾ ਆਸਤਾ ਉਹ ਦੁੱਧ ਲੈ ਜਾਂਦੇ ਨੇ ਉਹਨਾਂ ਨੂੰ ਵੇਚਦੇ ਨੇ ਆਸਤਾ ਆਸਤਾ ਨਾਲ ਉਹ ਡੰਗਰੀ ਵੀ ਲਈ ਜਾਂਦੇ ਨੇ ਨਾਲ ਉਹਨਾਂ ਦੀ ਆਪਣੀਆਂ ਜਗਾ ਵੀ ਹੁੰਦੀਆਂ ਨੇ ਨਾਲ ਪੱਠੇ ਛੱਟੇ ਵੀ ਬੀਜਦੇ ਨੇ ਨਾਲ ਮਜ਼ੀਦ ਕੰਮ ਵਧੀ ਜਾਂਦਾ ਜਿਹੜੇ ਲੋਕ 1 ਸਾਲ ਦੁੱਧ ਲੈ ਕੇ ਜਦੋਂ ਮੱਝ ਖਾਂਗੜੀ ਹੁੰਦੀ ਏ ਉਹ ਵੇਚ ਛੱਡਦੇ ਨੇ ਉਹ ਸਹੀ ਕਰਦੇ ਨੇ ਜਾਂ ਫਿਰ ਜਿਹੜੇ ਲੋਕ ਮੱਜਾਂ ਨੂੰ ਆਪੀ ਤਿਆਰ ਕਰਕੇ ਅੱਗੋਂ ਬਣਾ ਕੇ ਫਿਰ ਨਾਲ-ਨਾਲ ਨਵੀਆਂ ਲਈ ਜਾਂਦੀਆਂ ਨੇ ਕੰਮ ਨੂੰ ਵਧਾਉਂਦੇ ਨੇ ਉਹ ਠੀਕ ਨੇ ਸਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਮੱਝ ਨਹੀਂ ਖਲੁੰਦੀ ਜਾਂ ਮਤਲਬ ਵੀ 1 ਸਾਲ ਦੁੱਧ ਦੇ ਲੈਂਦੀ ਹੈ ਨਹੀਂ ਉਬਾਨਦੀ ਪਈ ਤੇ ਵਗਰ ਉਹ ਘਾਰਦੀ ਹੈ ਜਾਂ ਤੇ ਉਹ ਬਨ ਜਾਂਦੀ ਹੈ ਤੇ ਉਹ ਠੀਕ ਹੈ ਤੁਹਾਡੇ ਲਈ ਜੇ ਖਾਂਗੜੀ ਖੁੰਗੜੀ ਉਹ ਨਹੀਂ ਬੰਦੀ ਪਈ ਤੁਹਾਨੂੰ ਮਤਲਬ 2 ਜਾਂ 3 ਕਿਲੋ ਤੇ ਦੁੱਧ ਤੇ ਆ ਗਈ ਹੈ ਨੁਕਸਾਨ ਹੁੰਦਾ ਪਿਆ ਤੁਸੀਂ ਉਹ ਵੇਚ ਕੇ ਨਾਲ ਥੋੜੇ ਜਿਹਾ ਪੈਸੇ ਪਾ ਕੇ ਨਵੀਂ ਤਾਜ਼ੀ ਮੱਝ ਲਿਆ ਸਕਦੇ ਸਹੀ ਹੋ ਗਿਆ ਠੀਕ ਹੈ ਤੇ ਛੋਟੇ ਜਾਜੜੇ ਨੇ ਉਹ ਕਿਸ ਤਰ੍ਹਾਂ ਬਚਾਏ ਜਾਣ ਕਰੇ ਇਹਨਾਂ ਦਿਨਾਂ ਦੇ ਵਿੱਚ ਜਦ ਦੁੱਧ ਜ਼ਰਾ ਘੱਟ ਪਿਆ ਜਾਂ ਪਿਆ ਜਾਏ ਇਹ ਮੱਚ ਦਾ ਜਾ ਮਰ ਗਿਆ ਸਾਡੇ ਕੋਲੋਂ ਦੂਸਰੀ ਦਾ ਹੈ ਵੇ ਅਸੀਂ ਉਹਨੂੰ ਥੋੜਾ ਸੁਕਾ ਤੇ ਥੋੜਾ ਹਰਾ ਪਹਿਲੇ ਦਿਨਾਂ ਦੇ ਤੁਝੇ ਇੱਕ ਵੀਕ ਦਿਨ ਠਹਿਰ ਕੇ ਥੋੜਾ ਥੋੜਾ ਦੁੱਧ ਦਵੋ ਉਹਨੂੰ ਠੀਕ ਜੇ ਮਤਲਬ ਰਾਤ گزارਾ ਹੋਈਏ ਉਹਦਾ ਬਾਅਦ ਵਿੱਚ ਉਹਨੂੰ ਸੁਕਾ ਤੇ ਥੋੜਾ ਮਤਲਬ ਹਰਾ ਉਹਦੇ ਅੱਗੇ ਰੱਖਣਾ ਜਿਵੇਂ ਮੂੰਹ ਮਾਰਦਾ ਰਹੇ ਹੋ ਹੂੰ ਤੇ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਤੁਸੀਂ ਕੀ ਸਮਝਦੇ ਹੋ ਕਿ ਅਗੋਂ ਮਸਤਕਬਿਲ ਚ ਕੀ ਕਰੋਗੇ ਮੱਝਾਂ ਰੱਖੋਗੇ ਜਾਂ ਫਿਰ ਐਨੀਆਂ ਹੀ ਰੱਖੋਗੇ ਜਿੰਨੀਆਂ ਹਨ ਵਧਾਓਗੇ ਕਿ ਘਟਾਓਗੇ ਇਨਸ਼ਾਅੱਲਾ ਮੁਸਤਕਬਲ ਦੇ ਵਿੱਚ ਜਾ ਕੇ ਅਗਰ ਮੁਨਾਫਾ ਹੁੰਦਾ ਰਿਹਾ ਤੇ ਅਗੂ ਵੀ ਇਨਸ਼ਾਅੱਲਾ ਮਾਸ਼ਾਅੱਲਾ ਵੱਡੀ ਵੇਲੀ ਮੇ ਕੋ ਬੜੀ ਵੱਡੀ ਹੈ ਮੈਂ ਅਗੂ ਵੀ ਜ਼ਿਆਦਾ ਮੱਝਾਂ ਕਰਾਂਗਾ ਅਗੂ ਮੈਂ ਪੜ੍ਹਾਈ ਨਾਲ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਮੈਂ ਮੱਝਾਂ ਵੀ ਰੱਖਣਾ ਨਾਲ ਪੜ੍ਹਨਾ ਮਲੂਮਾਤ ਵੀ ਮੈਨੂੰ ਹਾਸਲ ਹੁੰਦੀ ਹੈ ਤੇ ਮੈਂ ਮੱਝਾਂ ਰੱਖੀਆਂ ਨੇ ਇਸ ਲਈ ਤਾਂ ਕਿ ਮੈਨੂੰ ਅਗੂ ਮੁਨਾਫਾ ਹੋਏ ਮੈਂ ਮੁਸਤਕਬਲ ਦੇ ਵਿੱਚ ਕੋਈ ਕਾਰੋਬਾਰ ਕਰ ਸਕਾਂ ਜਾ ਕੇ ਯਾਨੀ ਕਿ ਇਥੋਂ ਪੈਸੇ ਕਮਾ ਕੇ ਬੰਦਾ ਕੋਈ ਹੋਰ ਕਾਰੋਬਾਰ ਵੀ ਕਰ ਸਕਦਾ ਔਰ ਇਹਨੂੰ ਵੀ ਵਧਾ ਸਕਦਾ ਜੀ ਸਰ ਇਹਨੂੰ ਵੀ ਵਧਾ ਸਕਦਾ ਠੀਕ ਹੋ ਗਿਆ ਅੱਛਾ ਆਖਿਰ ਤੇ ਸਾਨੂੰ ਇਹ ਦੱਸੋ ਕਿ ਅਗਰ ਬੰਦੇ ਕੋਲ 10 ਮੱਝਾਂ ਨੇ ਤੇ ਤੁਹਾਡੀ ਨਜ਼ਰ ਦੇ ਵਿੱਚ 10 ਕਿਲੋ ਅਗਰ ਦੁੱਧ ਦਿੰਦੀਆਂ ਨੇ ਉਹ ਐਵਰੇਜ ਜੀ ਤੇ ਕਿੰਨੀ ਕੁ ਕਮਾਈ ਹੋ ਸਕਦੀ ਹੈ ਮਹੀਨੇ ਦੀ ਦਸ ਮੱਜਾਂ ਤੋਂ ਜਨਾਬ ਜੇ 10 10 ਮੱਜਾਂ ਨੇ ਤੇ 10 ਕਿਲੋ ਦੁੱਧ ਦਿੰਦੀਆਂ ਨੇ 100 ਕਿਲੋ ਦੁੱਧ 100 ਰੁਪਏ ਕਿਲੋ ਆਮ ਦੁੱਧ ਵੇਚ ਜਾਂਦਾ ਹੈ ਅਗਰ ਤੁਸੀਂ ਕਰਨਾ ਚਾਹੋ 10 ਕਿਲੋ ਮਤਲਬ ਹੈ ਦੁੱਧ ਦਿੰਦੀਆਂ ਨੇ 10 ਮੱਜਾਂ ਨੇ ਉਹਦੇ ਲਈ ਇੱਕ ਵਿਗਾ ਪੱਠਿਆਂ ਦਾ ਬੀਜ ਨਾ ਪੈਣਾ ਉਹਦੇ ਤੇ ਵੀ ਜ਼ਰਾ ਖਰਚਾ ਆਈ ਜਾਣਾ ਰਜ਼ਾਨਾ ਦੇ ਡੇਲੀ ਬੇਸ ਦੇ ਉੱਤੇ 10 ਮੱਜਾਂ ਨੇ ਤੇ ਉਹਦੇ ਲਈ ਵੰਡੇ ਦਾ ਤੋੜਾ ਕਰੇ ਦਾ ਤੋੜਾ ਮਤਲਬ 5 ਤੋਂ 7 7 ਤੋਂ 7 7 ਤੋਂ 8000 ਰੁਪਇਆ ਖਰਚਾ ਆ ਜਾਂਦਾ ਤੇ ਦੁੱਧ ਜਰਾ ਨੌਕਰੀ ਵੀ ਰੱਖਣਾ ਪੈਂਦਾ ਹੈ ਉਹਦੇ ਲਈ ਦੋ ਬੰਦੇ ਵੀ ਰੱਖਨੇ ਪੈਂਦੇ ਨੇ ਤੇ ਵਾਵਾ ਖਰਚਾ ਆ ਜਾਂਦਾ ਲੇਕਿਨ ਬਚਤ ਉਹ ਤੋਂ ਜ਼ਿਆਦਾ ਤੋਂ ਜ਼ਿਆਦਾ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਯਾਨੀ ਕਿ ਤੁਹਾਨੂੰ ਦੱਸਿਆ ਕਿ ਅਗਰ ਉਹਦੇ ਚੋਂ 7-8000 ਰੁਪਇਆ 10 ਯਾਨੀ 10000 ਅਗਰ ਮੰਜਾਂ ਨੇ ਦਿੱਤਾ ਹੈ ਹਾਂਜੀ ਤੇ ਕੋਈ 7000 ਰੁਪਇਆ ਖਰਚਾ ਆ ਜਾਂਦਾ 7000 ਬਹੁਤਾ ਨਹੀਂ 7000 ਜ਼ਿਆਦਾ ਲੇਕਿਨ 7 ਖਰਚਾ ਕਰੇ ਛੇ ਦਾ ਲੇਕਿਨ ਜ਼ਿਆਦਾ 5000 ਇਹ ਜਨਾ ਖਾਈ ਜਾਂਦਾ ਯਾਨੀ ਘੱਟ ਤੋਂ ਘੱਟ 5000 ਔਰ ਜ਼ਿਆਦਾ ਜ਼ਿਆਦਾ 7 ਠੀਕ ਹੋ ਗਿਆ ਤੇ ਉਹਦੇ ਬਾਅਦ ਫਿਰ ਬਚਤ ਜਿਹੜੀ ਉਹ 3000 ਰੁਪਏ ਬਚਿਆ ਡੇਲੀ ਬੇਸ ਤੇ ਹਾਂਜੀ ਠੀਕ ਹੈ ਯਾਨੀ 3 3 9 ਯਾਨੀ ਕਿ ਉਹ ਤੱਕ ਬੰਨੇ ਲੱਖ ਰੁਪਏ ਦੇ ਹੀਰ ਗੇੜ ਦਸਾਂ ਮਜਾਂ ਤੋਂ ਬੰਦਾ ਲੈ ਸਕਦਾ ਹੈ ਜੀ ਸਰ ਬਚਤ ਬਚਤ ਜਿਹੜੀ ਹੈ ਉਹਦੇ ਵਿੱਚ ਜਾ ਜਿਹੜੀ ਨੇ ਉਹ ਵੀ ਬਚਤ ਹੋ ਸਕਦੀ ਹੈ ਹਾਂਜੀ ਔਰ ਉਂਝ ਵੀ ਮੱਜ ਮੱਜ ਜਿਹੜੀ ਹੈ ਦੁੱਧ ਵਧਾਏ ਜੀ ਸਰ ਤੇ ਉਹ ਵੀ ਬਚਤ ਹੋ ਸਕਦੀ ਹੈ ਲੇਕਿਨ ਉਹ ਜ਼ਾਹਰੇ ਕੇ ਘਾਟੇ ਵਾਲਾ ਮਾਮਲਾ ਵੀ ਹੈ ਕਿ ਅਗਰ ਘਟਾਏ ਤਾਂ ਫਿਰ ਉਹ ਅ ਬਚਤ ਥੱਲੇ ਵੀ ਆ ਸਕਦੀ ਹੈ ਇਨਕਮ ਥੱਲੇ ਵੀ ਆ ਸਕਦੀ ਹੈ ਜੀ ਸਰ ਆਖਰ ਦੇ ਸਿਰਫ ਸਾਨੂੰ ਇਹ ਦੱਸੋਗੇ ਤੁਸੀਂ ਇਸ ਟਾਈਮ ਆਪਣੇ ਡੰਗਰਾਂ ਨੂੰ ਕਿਹੜਾ ਵੰਡਾ ਪਾ ਰਹੇ ਹੋ ਅਸੀਂ ਪਾ ਰਹੇ ਜੇ ਖਲ ਪਾੰਦੇ ਜੇ ਕਰਾ ਪਾੰਦੇ ਜੇ ਪੇ ਨਾਲ ਚੋਖਰੇ ਤੇ ਨਾਲ ਹਰਾ ਪਾੰਦੇ ਜੇ ਪੇ ਤੇ ਨਾਲ ਸੁੱਕਾ ਜੇ ਫੀ ਮੱਝ ਨੂੰ ਕਿੰਨਾ ਆ ਜਾਂਦਾ ਇਹ ਵੰਡਾ ਫੀ ਮੱਝ ਨੂੰ ਕਿਲੋ ਕਿਲੋ ਵੰਡਾ ਆ ਜਾਂਦਾ ਇਸ ਟਾਈਮ ਅਸੀਂ ਡੇਲੀ 베ਸ ਤੇ ਨਹੀਂ ਯਾਨੀ ਸ਼ਾਮ ਨੂੰ ਵੀ 1 ਕਿਲੋ ਸ਼ਾਮ ਨੂੰ ਕਿਲੋ ਤੇ ਸਵੇਰ ਵੀ ਕਿਲੋ ਕਿਲੋ ਘੱਟ ਨਹੀਂ ਕਿਲੋ ਕਿਲੋ ਤੇ ਕੱਟਦਾ ਲੇਕਿਨ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਪਾਲੋ ਯਾਨੀ ਕਿ ਦੁੱਧ ਦੇਣ ਵਾਲੇ ਨੇ ਉਹਨਾਂ ਦੇ ਜ਼ਰਾ ਜ਼ਿਆਦਾ ਉਹਨੂੰ ਜ਼ਿਆਦਾ ਪਾਲ ਹੁੰਦੇ ਜਿਹੜੇ ਹਲੇ ਨਹੀਂ ਉਹਨਾਂ ਨੂੰ ਕੱਟ ਪਾਉਂਦੇ ਉਹਨਾਂ ਨੂੰ ਕੱਟ ਪਾਉਂਦੇ ਆ ਠੀਕ ਹੈ ਜੀ ਬਹੁਤ ਮਿਹਰਬਾਨੀ ਤੁਸੀਂ ਬੜੀ ਮਫੀਦ ਗੁਫ਼ਤਗੋ ਸਾਡੇ ਨਾਲ ਕੀਤੀ ਹੈ ਉਮੀਦ ਹੈ ਕਿ ਨਵੇਂ ਪੁਰਾਣੇ ਫਾਰਮਰ ਨੌਜਵਾਨ ਸਾਰੇ ਸੁਣ ਕੇ ਤੁਹਾਡੀ ਗੁਫ਼ਤਗੋ ਜ਼ਰੂਰ ਜਿਹੜੇ ਨੇ ਉਹ ਫਾਇਦਾ ਲੈਣਗੇ ਔਰ ਨਾਜ਼ਰੀਨ ਨੌਜਵਾਨ ਦੀ ਗੱਲ ਸੁਣ ਕੇ ਤੁਸੀਂ ਥੱਲੇ ਕਮੈਂਟ ਵੀ ਕਰਿਓ ਕਿ ਤੁਹਾਨੂੰ ਇਸ ਨੌਜਵਾਨ ਦੀ ਗੁਫ਼ਤਗੋ ਕਿੰਨੀ ਲੱਗੀ ਹੈ ਅਸਲਾਮੁਅਲੈਕੁਮ